ਹਾਂਜੀ ਦੋਸਤੋ ਐਮੀਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੀਪੀ ਟ੍ਰਿਪਲ ਐਸ ਵੀ ਬੋਰਡ ਦੀ ਵੈਬਸਾਈਟ ਦੇ ਉੱਤੇ ਇੱਕ ਅਪਡੇਟ ਪਾਇਆ ਗਿਆ ਹੈ ਜੀ ਉਸ ਸੰਬੰਧੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਪੰਜਾਬ ਦੇ ਵਿੱਚ ਅਗਰ ਕੋਈ ਵੀ ਛੋਟੀ ਤੋਂ ਛੋਟੀ ਨੌਕਰੀ ਆਉਂਦੀ ਹੈ ਪ੍ਰਾਈਵੇਟ ਨੌਕਰੀਆਂ ਆਉਂਦੀਆਂ ਸਰਕਾਰੀ ਨੌਕਰੀਆਂ ਆਉਂਦੀਆਂ ਚਾਹੇ ਇੱਕ ਨੌਕਰੀ ਆਉਂਦੀ ਹੈ ਜੀ ਇੱਕ ਪੋਸਟ ਆਉਂਦੀ ਹੈ ਉਸ ਬੰਦੀ ਜਾਣਕਾਰੀ ਵੀ ਅਸੀਂ ਸਾਡੇ ਚੈਨਲ ਦੇ ਉੱਤੇ ਲੈ ਕੇ ਹਾਜ਼ਰ ਹੁੰਦੇ ਹਾਂ ਜੀ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਕੇ ਰੱਖੋ ਜੀ ਕਿਉਂਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਤਰ੍ਹਾਂ ਦੀ ਨੌਕਰੀ ਦੀ ਜਾਣਕਾਰੀ ਸਾਡੇ ਚੈਨਲ ਦੇ ਉੱਤੇ ਮਿਲਦੀ ਹੈ ਜੀ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜੌਬਸ ਸੰਬੰਧੀ ਉਸ ਦੀ ਜਾਣਕਾਰੀ ਵੀ ਜਾਂ ਕੰਪੀਟੀਟਿਵ ਇਗਜ਼ਾਮਸ ਸੰਬੰਧੀ ਜਾਣਕਾਰੀ ਵੀ ਅਸੀਂ ਸਾਡੇ ਚੈਨ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਇਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਪੋਸਟਾਂ ਆਉਂਦੀਆਂ ਨੇ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੁਹਾਨੂੰ ਦੱਸ ਦਈਏ ਜੀ ਪੀਟ੍ਰੀਪਲੱਸਵੀ ਬੋਰਡ ਵੱਲੋਂ ਜੀ ਕਲਰਕ ਕਮਨ ਡਾਟਾ ਐਂਟਰੀ ਆਪਰੇਟਰ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ ਜਿਸ ਦਾ ਐਡਵਰਟਾਈਜ਼ਮੈਂਟ ਨੰਬਰ 3/2022 ਸੀ ਇਸ ਦਾ ਜੋ ਹੈ ਐਗਜ਼ਾਮ ਪੋਸਟਪੋਨ ਕਰ ਦਿੱਤਾ ਗਿਆ ਸੀ ਤੇ ਹੁਣ ਜੋ ਹੈ ਇਹਨਾਂ ਦਾ ਫਾਈਨਲ ਪਲਾਨ ਕਰ ਦਿੱਤਾ ਹੈ ਜੀ ਰਿਟਨ ਐਗਜ਼ਾਮੀਨੇਸ਼ਨ ਜਾਨਕਿ ਸਿਲੇਬਸ ਜਾਰੀ ਕਰ ਦਿੱਤਾ ਗਿਆ ਜੀ ਫਾਈਨਲ ਸਲਿਪਸ ਜਾਰੀ ਕਰ ਦਿੱਤਾ ਗਿਆ ਇਹਨਾਂ ਪੋਸਟਾਂ ਤੇ ਲਈ ਇਨਾਂ ਬਲੂ ਲਿਖਿਆ ਗਿਆ ਹੈ ਜੀ ਜੋ ਐਗਜ਼ਾਮ ਹੋਵੇਗਾ ਐਮਸੀਕਿਊ ਬੇਸਡ ਹੋਵੇਗਾ ਜੋ ਕਿ ਓਵੀਐਮਰ ਸ਼ੀਟ ਦੇ ਉੱਤੇ ਲਿਆ ਜਾਵੇਗਾ ਜੀ ਐਗਜ਼ਾਮ ਹੋਵੇਗਾ ਜੀ 2 ਘੰਟੇ 50 ਮਿੰਟ ਦਾ ਹੋਵੇਗਾ ਜਿਸ ਦੇ ਵਿੱਚ ਦੋ ਪਾਰਟ ਹੋਣਗੇ ਜੀ ਪਾਰਟ ਏ ਅਤੇ ਪਾਰਟ ਬੀ ਪਾਰਟ ਏ ਹੋਵੇਗਾ ਜੀ ਕੁਆਲੀਫਾਈਇੰਗ ਟੈਸਟ ਆਫ ਪੰਜਾਬੀ ਲੈਂਗੁਏਜ ਜੋ ਕਿ 10ਵੇਂ ਪੱਧਰ ਦਾ ਹੋਵੇਗਾ ਜੀ ਜੋ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਦੇ ਅਕੋਰਡਿੰਗ ਲਿਆ ਜਾਵੇਗਾ ਜੋ ਪੰਜਾਬੀ ਕੁਆਲੀਫਾਈਇੰਗ ਨੇਚਰ ਟੈਸਟ ਹੋਵੇਗਾ ਜੀ ਉਹ 50 ਕੁਐਸਚਨ ਆਉਣਗੇ ਜਿਸ ਦੇ ਵਿੱਚ 50 ਨੰਬਰ ਦੇ ਕੁਐਸਚਨ ਹੋਣਗੇ ਜੀ ਤੇ ਐਮਸੀਕਿਊ ਟਾਈਪ ਕੁਐਸਚਨ ਹੋਣਗੇ ਜੀ ਇਹ ਪਾਰਟ ਏ ਹੋਵੇਗਾ ਇਸ ਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੋਵੇਗੀ ਜੀ ਉਸ ਤੋਂ ਬਾਅਦ ਪਾਰਟ ਬੀ ਹੋਵੇਗਾ ਜੀ ਉਹ ਪਾਰਟ ਬੀ ਫੇਰ ਹੀ ਇਵੈਲਿਊਏਟਡ ਕੀਤਾ ਜਾਵੇਗਾ ਜੇਕਰ ਕੈਂਡੀਡੇਟ ਨੇ ਜੀ ਪੰਜਾਬੀ ਵਾਲਾ ਪੇਪਰ ਯਾਨੀ ਕਿ ਪੇਪਰ ਏ ਪਾਸ ਕੀਤਾ ਹੋਵੇਗਾ ਜੋ ਪਾਸ ਸਕੋਰ ਰੱਖਿਆ ਗਿਆ ਹੈ ਜੀ 50 ਪਰਸੈਂਟ ਮਾਰਕਸ ਯਾਨੀ ਕਿ 25 ਮਾਰਕਸ ਅਗਰ ਲਏ ਹੋਣਗੇ ਜੀ ਪਾਰਟ A ਤੋਂ ਤਾਂ ਉਹ ਨੈਕਸਟ ਪੇਪਰ ਉਹਦਾ ਵੈਲਿਊਏਟ ਕੀਤਾ ਜਾਵੇਗਾ ਜੀ ਪਾਰਟ B ਪੇਪਰ ਦੇ ਵਿੱਚ 120 ਕੁਐਸਚਨ ਹੋਣਗੇ ਜੀ ਜੋ ਕਿ 120 ਨੰਬਰ ਦੇ ਹੋਣਗੇ ਜਿਹਦੇ ਵਿੱਚ ਜਨਰਲ ਨੋਲਜ ਕਰੰਟ ਅਫੇਅਰ ਇੰਗਲਿਸ਼ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਅਬਿਲਿਟੀ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ ਆਈਸੀਟੀ ਹੋਵੇਗਾ ਜੀ ਇਸ ਦੇ ਵਿੱਚ 120 ਨੰਬਰ ਦੇ ਕੁਐਸਚਨ ਹੋਣਗੇ ਜੀ ਇਸਦੇ ਵਿੱਚ 네ਗੇਟਿਵ ਮਾਰਕਿੰਗ ਰੱਖੀ ਗਈ ਹੈ ਜਿਸ ਕੇ 1/4th ਮਾਰਕ ਹੋਵੇਗਾ ਜੋ ਡਿਡਕਟਡ ਹੋਵੇਗਾ ਜੀ ਹਰੇਕ ਇੱਕ ਗਲਤ ਕੁਐਸਚਨ ਦਾ ਜੀ ਅਤੇ ਮੈਟ ਲਿਸਟ ਬਣੇਗੀ ਕੈਂਡੀਡੇਟਸ ਦੀ ਜੋ ਕਿ ਕੁਆਲੀਫਾਈ ਕਰਨਗੇ ਪਾਰਟ A ਅਤੇ ਪ੍ਰਪੇਅਰ ਔਨ ਦਾ ਬੇਸਿਸ ਆਫ ਮਾਰਕਸ ਸਕਿਊਰਡ ਬਾਈ ਦਾ ਪਾਰਟ B ਉਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਲੇਵਸ ਪੰਜਾਬੀ ਦਾ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਸੀਂ ਲਰਨ ਕਰਨੀਆਂ ਨੇ ਜੀ ਉਸ ਤੋਂ ਬਾਅਦ ਪਾਰਟ B ਦੇ ਵਿੱਚ ਜੋ ਸਲੇਵਸ ਪਾਰਟ B ਪੇਪਰ ਦਾ ਹੈ ਉਹ ਦਿੱਤਾ ਗਿਆ ਹੈ ਜੀ ਹੁਣ ਦੇਖਣਾ ਇਹ ਹੋਵੇਗਾ ਜੀ ਪੋਸਟਪੌਨ ਹੋ ਰਹੇ ਨੇ ਲਗਾਤਾਰ ਪੇਪਰ ਵੀ ਸਰਕਾਰ ਕਦੋਂ ਪੇਪਰ ਲਵੇਗੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਿਓ ਐਸਟੀਮੇਟ ਦਿਓ ਵੀ ਕਦੋਂ ਤੱਕ ਪੇਪਰ ਹੋ ਸਕਦਾ ਹੈ ਤਾਂ ਕਿ ਜੋ ਸਾਰੇ ਤਿਆਰੀ ਆਪਣੀ ਜੋਰਾਂ ਤੇ ਕਰ ਸਕਣ ਜੀ ਆਪਣੀ ਤਿਆਰੀ ਜੋ ਕਰ ਰਹੇ ਨੇ ਉਹਨਾਂ ਲਈ ਸਾਰਿਆਂ ਲਈ 올 ది ਬੈਸਟ ਤੇ ਇਹ ਸੀ ਅੱਜ ਦਾ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੀਂ ਇਨਫੋਰਮੇਸ਼ਨ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ